ਅੱਜ ਜਿਹੜਾ ਸੀ ਇਹ ਪਿੰਡ ਰੰਗੜਿਆਲ ਦੇ ਵਿੱਚ ਕੈਪਟਨ ਸਰਕਾਰ ਦੀ ਅਰਥੀ ਸਾੜੀ ਹੈ। ਇਸ ਦਾ ਮਕਸਦ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਹੈ, ਉਹਨਾਂ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਸਾਡੇ ਲੋਕਾਂ ਦੇ ਨਾਲ ਵੈਸੇ ਤਾਂ ਬਹੁਤ ਤਰ੍ਹਾਂ ਦੇ ਵਾਅਦੇ ਆ ਜਿਹੜੇ ਉਹ ਕੀਤੇ ਸੀ, ਪਰ ਉਹਨਾਂ ਨੇ ਨਸ਼ੇ ਖਤਮ ਕਰਨ ਵਾਸਤੇ ਸਾਡੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕੈਪਟਨ ਸਰਕਾਰ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ, ਕਿ ਜਿਹੜੇ ਪੰਜਾਬ ਦੇ ਵਿੱਚ ਨਸ਼ੇ ਬਾਦਲਾਂ ਨੇ ਪੈਦਾ ਕੀਤੇ ਹੈ, ਇਹ ਨਸ਼ੇ ਜਦੋਂ ਸਾਡੀ ਸਰਕਾਰ ਆ ਗਈ, ਸਰਕਾਰ ਆਉਣ ਤੋਂ ਬਾਅਦ ਅਸੀਂ 4 ਹਫ਼ਤਿਆਂ ਦੇ ਅੰਦਰ ਅੰਦਰ ਪੰਜਾਬ ਦੇ ਵਿੱਚੋਂ ਇਹ ਨਸ਼ੇ ਹੈ ਜਿਹੜੇ ਉਹ ਖਤਮ ਕਰ ਦਿਆਂਗੇ। ਪਰ ਸਰਕਾਰ ਬਣੀ ਨੂੰ ਤਕਰੀਬਨ 17 ਮਹੀਨੇ ਹੋ ਗਏ ਪੰਜਾਬ ਦੇ ਵਿੱਚ, ਉਹ ਨਸ਼ੇ ਖਤਮ ਤਾਂ ਕੀ ਹੋਣੇ ਸੀ, ਤਾਂ ਨਸ਼ੇ ਦਿਨ ਪਰ ਦਿਨ ਪੰਜਾਬ ਦੇ ਵਿੱਚ ਵੱਧਦੇ ਜਾ ਰਹੇ ਹੈ। ਉਹਨਾਂ ਨਸ਼ਿਆਂ ਦੇ ਕਾਰਨ ਰੋਜ਼ਾਨਾ ਸਾਡੇ 3-4 ਨੌਜਵਾਨਾਂ ਦੀਆਂ ਮੌਤਾਂ ਜਿਹੜੀਆਂ ਉਹ ਹੋ ਰਹੀਆਂ ਨਸ਼ਿਆਂ ਦੇ ਕਾਰਨ। ਇਹ ਅਰਥੀ ਅਸੀਂ ਸਾਡੀ ਜਥੇਬੰਦੀ ਦੇ ਸੱਦੇ 'ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਅਸੀਂ 10 ਰੋਜ਼ਾ ਅੰਦੋਲਨ ਛੇੜਿਆ ਹੋਇਆ ਹੈ ਕਿ ਹਰ ਰੋਜ਼ ਇੱਕ ਪਿੰਡ ਦੇ ਵਿੱਚ ਕੈਪਟਨ ਸਰਕਾਰ ਦੀ ਅਰਥੀ ਸਾੜਨੀ ਹੈ, ਅਤੇ ਲੋਕਾਂ ਨੂੰ ਇਸ ਲਈ ਚੇਤਨ ਕਰਨਾ ਹੈ ਕਿ ਜਿਹੜੇ ਨਸ਼ੇ ਹੈ ਇਹ ਨਾ ਬਾਦਲ ਨੇ ਬੰਦ ਕਰਨੇ ਹੈ, ਨਾ ਕੈਪਟਨ ਨੇ ਬੰਦ ਕਰਨੇ ਹੈ, ਇਹ ਸਾਡੇ ਲੋਕਾਂ ਨੂੰ ਆਪ ਇਕੱਠੇ ਹੋ ਕੇ ਸੰਘਰਸ਼ ਕਰਕੇ ਨਸ਼ੇ ਹੈ ਜਿਹੜੇ ਉਹ ਬੰਦ ਕਰਾਉਣੇ ਪੈਣੇ ਹੈ। ਇਸ ਗੱਲ ਨੂੰ ਲੈ ਕੇ ਅਰਥੀ ਹੈ ਜਿਹੜੀ ਉਹ ਅੱਜ ਪਿੰਡ ਰੰਗੜਿਆਲ ਦੇ ਵਿੱਚ ਕੈਪਟਨ ਸਰਕਾਰ ਦੀ ਸਾੜੀ ਹੈ, ਕਿਉਂਕਿ ਕੇਂਦਰ ਸਰਕਾਰ ਨੇ ਜੋ ਇਹ ਢਕਾਉਂ 'ਚ ਰਚਿਆ ਹੈ ਮੋਦੀ ਸਰਕਾਰ ਨੇ, ਕਿ ਫਸਲਾਂ ਦੇ ਰੇਟ ਕੁਛ ਨਾ ਕੁਛ ਉਹਨਾਂ ਨੇ ਵਧਾਏ ਹੈ, ਜਾਣੀ ਇਹ ਜਿਹੜੇ ਫਸਲਾਂ ਦੇ ਰੇਟ ਉਹਨਾਂ ਨੇ ਵਧਾਉਣ ਦੀ ਗੱਲ ਕਹੀ ਹੈ। ਵੈਸੇ ਜੇ ਆਪਾਂ ਇਹ ਦੇਖਣਾ ਹੋਵੇ ਤਾਂ ਸਰਕਾਰਾਂ ਦੀਆਂ ਨੀਤੀਆਂ ਉਹਨਾਂ ਦੇ ਫੈਸਲੇ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਣਸਾਂ ਦੀ ਸਰਕਾਰੀ ਖਰੀਦ ਹੈ ਜਿਹੜੀ ਉਹ ਬੰਦ ਕਰਨੀ ਹੈ। ਜੇ ਸਰਕਾਰੀ ਖਰੀਦ ਦੀ ਜਿਣਸਾਂ ਦੀ ਬੰਦ ਹੋ ਗਈ ਤਾਂ ਆਟੋਮੈਟਿਕਲੀ ਜਿਹੜੀਆਂ ਕਿਸਾਨਾਂ ਦੀਆਂ ਜਿਣਸਾਂ ਹੈ ਉਹ ਵਪਾਰੀਆਂ ਦੇ ਹਵਾਲੇ ਹੋ ਜਾਣਗੀਆਂ, ਤਾਂ ਫਿਰ ਜਿਹੜੇ ਰੇਟ ਵਧਾਏ ਆ ਉਹਨਾਂ ਦਾ ਕੋਈ ਅਰਥ ਹੀ ਨਹੀਂ ਰਹਿ ਜਾਣਾ, ਕਿਉਂਕਿ ਰੇਟ ਜਿਹੜੇ ਵਧਾਏ ਹੈ ਇਹ 19 ਦੀਆਂ ਚੋਣਾਂ ਆ ਰਹੀਆਂ, ਉਹ ਚੋਣਾਂ ਜਿੱਤਣ ਵਾਸਤੇ ਸਾਰਾ ਪਖੰਡ ਹੈ ਜਿਹੜਾ ਮੋਦੀ ਸਰਕਾਰ ਨੇ ਕੀਤਾ ਹੈ, ਅਤੇ ਸਾਡੇ ਕਿਸਾਨਾਂ ਦੇ ਨਾਲ ਬਹੁਤ ਵੱਡਾ ਕੋਝਾ ਮਜ਼ਾਕ ਹੈ ਜਿਹੜਾ ਉਹ ਕੀਤਾ ਹੈ।